ਮੈਂ ਗੁਰਪ੍ਰੀਤ ਵਾਲੀਆ, ਸੂਬਾ ਪ੍ਰਧਾਨ, ਪੰਜਾਬ ਮਿਊਂਸੀਪਲ ਵਰਕਰ ਫੈਡਰੇਸ਼ਨ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 10ਵੇਂ ਅਵਤਾਰ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਤੋਂ 325 ਵਰੇ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਖਾਲਸਾ ਪੰਥ ਦੇ ਨੀਂਹ ਰੱਖੀ ਸੀ, ਖਾਲਸਾ ਪੰਥ ਸਜਾਇਆ ਸੀ। ਉਹਦੀਆਂ 325ਵੇਂ ਖਾਲਸਾ ਸਾਜਣਾ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਾਸ ਜਸਵਿੰਦਰ ਸਿੰਘ ਸਾਹਨੀ ਅਤੇ ਸਮੂਹ ਮੈਂਬਰਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟੋਨ ਜਲੰਧਰ ਵੱਲੋਂ ਲੱਖ ਲੱਖ ਵਧਾਈਆਂ। ਉਹਦੇ ਨਾਲ ਹੀ ਪੰਜਾਬੀ ਦੇ ਸਭ ਤੋਂ ਵੱਡੇ ਤਿਉਹਾਰ ਵਿਸਾਖੀ ਦੀਆਂ ਵੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਜੋਦਰੀ ਕਰਦਾ ਹਾਂ, ਜੋ ਪਿਛਲੇ 5 ਮਹੀਨੇ ਤੋਂ ਕਿਸਾਨਾਂ ਨੇ ਫਸਲ ਉਗਾਈ ਹੈ ਕਣਕ, ਉਹਦੀ ਦਾ ਝਾੜ ਬਹੁਤ ਵਧੀਆ ਰਹੇ, ਕਿਸਾਨਾਂ ਦੀ ਮਿਹਨਤ ਰੰਗ ਲਿਆਏ। ਉਹਨਾਂ ਵੱਲੋਂ ਜਿਹੜੀ ਉਗਾਈ ਹੋਈ ਕਣਕ ਹੈ ਸਾਰੇ ਹਿੰਦੁਸਤਾਨ ਵਿਖੇ ਜਾਏ, ਤਾਂ ਜੋ ਹਰ ਇੱਕ ਪ੍ਰਾਣੀ ਦਾ ਰੋਜ਼ ਦਾ ਭੋਜਨ ਮਿਲ ਸਕੇ,